ਦੋਸਤੋ ਅੱਪਾ ਅੱਜ ਗੱਲ ਕਰਾਂਗੇ ਕਣਕ ਦੀ ਇੱਕ ਪਛੇਤੀ ਵੈਰਾਈਟੀ ਐਚਡੀ 2851 ਬਾਰੇ ਜਿਸ ਦਾ ਝਾੜ ਹੁਣ ਤੱਕ ਕਿੰਨੀਆਂ ਮਰਜ਼ੀ ਕਿਸਮਾਂ ਰਿਲੀਜ਼ ਹੋ ਗਈਆਂ ਯਾਰ ਚਾਹੇ ਡੀਬੀਡਬਲ 303 ਹਲੇ ਤੱਕ ਐਚਡੀ 2851 ਜਿੰਨਾ ਏਰੀਆ ਵਿੱਚ ਕੰਮ ਜਾ ਬਣਾ ਉੱਥੇ ਸਭ ਤੋਂ ਵੱਧ ਝਾੜ ਇਸ 2851 ਦਾ ਹੀ ਆ ਪਰੰਤੂ HD 2852 ਦੇ ਵਿੱਚ ਵੀ ਨਾ ਇੱਕ ਦਿੱਕਤ ਆ ਇੱਕ ਤਾਂ ਹਾਈਟ ਬਹੁਤ ਛੋਟੀ ਰਹਿੰਦੀ ਹੈ ਦੂਜਾ ਤੂੜੀ ਬਹੁਤ ਘੱਟ ਬੰਦੀ ਹੈ ਤਾਂ ਦੋਸਤੋ ਅੱਜ ਆਪਾਂ ਇਹਨਾਂ ਦੋਨਾਂ ਪ੍ਰੋਬਲਮਸ ਦਾ ਹੱਲ ਕਰਾਂਗੇ ਤੇ ਝਾੜ ਵੀ ਪਹਿਲਾਂ ਨਾਲੋਂ ਆਪਾਂ ਜ਼ਿਆਦਾ ਕਰਾਂਗੇ ਤਾਂ ਜੋ ਵੀ ਕਿਸਾਨ ਵੀ ਇਹ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਆਪਾਂ ਇਸੇ ਤਰ੍ਹਾਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੀ ਰਹਾਂਗੇ ਹੁਣ ਦੋਸਤੋ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦਾ ਮੈਂ 2019 ਦੇ ਵਿੱਚ HD 2851 ਵੈਰਾਈਟੀ ਬੀਜੀਸੀ 21 ਨਵੰਬਰ ਨੂੰ ਮੇਰੀ ਇੱਕ ਗੱਲ ਧਿਆਨ ਚ ਰੱਖਣਾ ਕਿ ਜਿਹੜੀ HD 2851 ਉਸ ਦੀ ਬਿਜਾਈ 16 ਨਵੰਬਰ ਤੋਂ ਬਾਅਦ ਬਾਦੀ ਹੋਵੇ ਜੇਕਰ ਪਹਿਲਾਂ ਬੀਜਾਂਗੇ ਤਾਂ ਆਪ ਨੂੰ ਘਾਟਾ ਹੋਵੇਗਾ ਹੀ ਹੋਵੇਗਾ ਦੂਜਾ ਜਿਹੜੇ ਏਰੀਆ ਦੇ ਵਿੱਚ ਕਾਮਯਾਬਾ ਕਿਉਂਕਿ ਬਹੁਤ ਜਿਆਦੇ ਘੱਟ ਇਲਾਕਾ ਜਿੱਥੇ HD 2851 ਕਾਮਯਾਬਾ ਤੇ ਜਿੱਥੇ ਇਹ ਕਾਮਯਾਬਾ ਉੱਤੇ ਹੋਰ ਕਿਸੇ ਵੀ ਵੈਰਾਈਟੀ ਨੂੰ ਖੰਗਣ ਨਹੀਂ ਦਿੰਦੀ ਕਿਉਂਕਿ ਝਾੜ ਇਸ ਦਾ ਬਹੁਤ ਜ਼ਿਆਦਾ ਆ ਹੁਣ ਦੋਸਤੋ ਮੈਂ 2019 ਦੇ ਵਿੱਚ HD 2851 ਬੀਜੀ ਸੀ ਤਾਂ ਦੋਸਤੋ ਮੈਂ ਕੀ ਕੀਤਾ 50 ਕਿਲੋਤਾ HD 2851 ਵੈਰੈਟੀ ਲੈ ਲਈ ਤੇ 10 ਕਿਲੋ ਵਿੱਚ ਮੈਂ HD 3086 ਦਾ ਬੀਜ ਮਿਕਸ ਕਰ ਦਿੱਤਾ ਕੁੱਲ ਮਿਲਾ ਕੇ ਪ੍ਰਤੀ ਏਕੜ 60 ਕਿਲੋ ਬੀਜ ਪਾ ਦਿੱਤਾ ਤੇ 21 ਨਵੰਬਰ ਨੂੰ ਇਹ ਮੈਂ ਕਣਕ ਬੀਜੀ ਸੀਗੀ ਹੁਣ ਦੋਸਤੋ ਦਿਖ ਕਿਸ ਤਰ੍ਹਾਂ ਦੀ ਸੀਗੀ ਕਿ ਜਿਹੜੀ ਤਾਂ 2851 ਸੀ ਉਹਦਾ ਗੱਠ ਕੱਦ ਛੋਟਾ ਸੀ ਜਨਕੇ ਉਸਦੀ ਜਿਹੜੀ ਬੱਲੀ ਸੀ ਗੱਠ ਹੇਟਾ ਸੀ ਤੇ ਜਿਹੜੀ HD 3086 ਸੀ ਉਹਦਾ ਉਹਦੀ ਜਿਹੜੀ ਲੰਬਾਈ ਸੀ ਇੱਕ ਗੱਠ ਜ਼ਿਆਦਾ ਸੀ ਤਾਂ ਦੋਸਤੋ ਦੋਨਾਂ ਦੇ ਵਿੱਚ ਜਿਹੜੇ ਦਾਣੇ ਸੀ ਭਰਵੇਂ ਸੀ ਭਾਰੇ ਸੀ ਮੋਟੇ ਸੀ ਤਾਂ ਦੋਸਤੋ ਹੁਣ ਆਪਾਂ ਸਿੱਧੀ ਕੰਮ ਦੀ ਗੱਲ ਕਰਦੇ ਹਾਂ ਜਦੋਂ ਮੈਂ ਇਹ ਵੈਰਾਈਟੀ ਵੱਢੀ ਤਾਂ ਇੱਕ ਤਾਂ ਇਸ ਦਾ ਝਾੜ ਬਹੁਤ ਜ਼ਿਆਦਾ ਆਇਆ ਇਹ ਮੰਨ ਕੇ ਚੱਲੋ ਕਿ ਜੇਕਰ ਆਪਾਂ HD 2851 ਇਕੱਲੇ ਲਗਾਉਣੇ ਤਾਂ ਉਸ ਤੋਂ ਘੱਟੋ ਘੱਟ 5 ਮਣ ਕਿल्ले ਦਾ ਯਾਨੀ ਕਿ ਪੂਰੇ 2 ਕੁਆਂਟਲ ਕਿल्ले ਦਾ ਝਾੜ ਵੱਧ ਆਇਆ ਤੇ ਦੂਜਾ ਆਪਾਂ ਸਾਰੇ ਕਿਸਾਨ ਵੀਰ ਜਾਣਦੇ ਆ ਕਿ ਜੋ ਵੀ HD 2851 ਲਾਉਂਦਾ ਤਾਂ ਉਹ ਇਹੀ ਕਹਿੰਦਾ ਜarre ਇਸਦੀ ਤੂੜੀ ਬਿਲਕੁਲ ਨਹੀਂ ਬੰਦੀ ਬਸ ੜਕਦੇ ਡੇਢ ਟਰਾਲੀ ਕਿल्ले ਦੇ ਬਣਗੀ ਕਦੇ ਦੋ ਟਰਾਲੀਆਂ ਪਰੰਤੂ ਜਿਹੜੀ ਮੈਂ ਤੁਹਾਨੂੰ ਅੱਜ ਗੱਲ ਦੱਸੀ ਆ ਆਪਣਾ ਤਜਰਬਾ ਦੱਸਿਆ ਜੇਕਰ ਆਪਾਂ 10 ਕਿਲੋ ਪ੍ਰਤੀ ਇਕੜ ਦੇ ਸਾਨੂੰ ਐਚ ਡੀ 3086 ਇਹਦੇ ਵਿੱਚ ਮਿਕਸ ਕਰ ਦਿੰਨੇ ਆ ਇੱਕ ਤਾਂ ਝਾੜ ਵਾਧਦਾ ਤੇ ਦੂਜਾ ਤੂੜੀ ਦਾ ਝਾੜ ਵੀ ਵਾਧਦਾ ਤੇ ਤੂੜੀ ਇੰਨੀ ਜਿਆਦੇ ਬੰਦੀ ਆ ਕਿ ਤੁਸੀਂ ਆਪ ਹੈਰਾਨ ਹੋ ਜਾਊਂਗੇ ਮੈਂ ਗਰੰਟੀ ਕਰਦਾ ਤੁਸੀਂ ਕਿਹੜੀ ਮਰਜ਼ੀ ਵੈਰਾਈਟੀ ਲਗਾਈਆ ਤੁਹਾਡੀਆਂ ਸਾਰੀਆਂ ਵੈਰਾਈਟੀਆਂ ਨਾਲੋਂ ਜਿਆਦੇ ਤੂੜੀ ਐਚ ਡੀ 2858 ਦੇ ਬਣੇਗੀ ਦੋਸਤੋ ਮੇਰੇ ਖੁੱਦ ਦੇ ਪ੍ਰਤੀ ਏਕੜ 3 ਟਰਾਲੀਆਂ ਤੋਂ ਉੱਪਰ ਟੂੜੀ ਬਣੀ ਸੀ ਹੁਣ ਦੋਸਤੋ ਮੈਂ ਕੀਤਾ ਕੀ ਸੀ ਬਸ 10 ਕਿਲੋ ਐਚਡੀ 386 ਐਚਡੀ 2858 ਦੇ ਵਿੱਚ ਮਿਕਸ ਕਰ ਦਿੱਤੀ ਇਹਦੇ ਨਾਲ ਮੇਰਾ ਝਾੜ ਵੀ ਵੱਧ ਗਿਆ ਤੇ ਟੂੜੀ ਦਾ ਝਾੜ ਵੀ ਵੱਧ ਗਿਆ ਹੁਣ ਦੋਸਤੋ ਮੈਂ ਤੁਹਾਨੂੰ ਆਪਣਾ ਤਜਰਬਾ ਦੱਸ ਦਿੱਤਾ ਤੇ ਹੁਣ ਤੁਹਾਡਾ ਕੰਮ ਆ ਕਿ ਇਸ ਜਾਣਕਾਰੀ ਨੂੰ ਵੱਤਵਤ ਕਿਸਾਨ ਵੀਰਾਂ ਨਾਲ ਸਾਂਝਾ ਕਰਨਾ ਯਾਨੀ ਕਿ ਵੱਤਵਤ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰਨਾ